ਸਤਿਕਾਰ ਜੀ, ਤੁਸੀਂ ਦੇਖ ਰਹੇ ਹੋ ਚੈਨਲ ਨਿਊਜ਼ ਟਾਈਮ ਪੰਜਾਬ ਤੇ ਸਾਡਾ ਖਾਸ ਪ੍ਰੋਗਰਾਮ ਦਾ ਸੰਜੀਵ ਸ਼ਰਮਾ ਸ਼ੋਅ। ਇਸ ਸ਼ੋਅ 'ਚ ਅਸੀਂ ਮਿਲਦੇ ਹਾਂ ਉਹਨਾਂ ਲੋਕਾਂ ਨੂੰ ਜਿਨ੍ਹਾਂ ਨੇ ਕੁਝ ਖਾਸ ਮਿਹਨਤ ਕਰਕੇ ਕਾਮਯਾਬੀ ਨੂੰ ਹਾਸਿਲ ਕੀਤਾ ਹੁੰਦਾ। ਇਸੇ ਸ਼੍ਰਿੰਖਲਾ ਵਿੱਚ ਅੱਜ ਅਸੀਂ ਮਿਲਾਂਗੇ ਸਿੰਗਰ ਰਵਿੰਦਰ ਤਾਲੂ। ਸਤਿ ਸ਼੍ਰੀ ਅਕਾਲ। ਸਤਿ ਸ਼੍ਰੀ ਅਕਾਲ ਜੀ, ਸਾਰਿਆਂ ਨੂੰ ਮੇਰੇ ਵੱਲੋਂ ਪਿਆਰ ਭਰੀ ਸਤਿ ਸ਼੍ਰੀ ਅਕਾਲ, ਨਮਸਤੇ ਜੀ। ਤਾਂ ਕਿਵੇਂ ਸ਼ੁਰੂਆਤ ਹੋਈ ਕਰੇ ਗਾਇਕੀ ਦੀ? ਗਾਇਕੀ ਦੀ ਸ਼ੁਰੂਆਤ ਇੱਦਾਂ ਹੀ ਜਿੱਦਾਂ ਕਿ ਹਰ ਆਰਟਿਸਟ ਦੀ, ਹਰ ਕਲਾਕਾਰ ਦੀ ਬਚਪਨ ਤੋਂ ਹੁੰਦੀ ਆ, ਸਕੂਲ ਟਾਈਮ ਤੋਂ ਹੁੰਦੀ ਆ, ਖੇਡਦਿਆਂ ਖੇਡਦਿਆਂ ਹੁੰਦੀ ਆ। ਜਿੱਦਾਂ ਜਿਹੜੇ ਕਲਾਕਾਰ ਹੁੰਦੇ ਅਕਸਰ ਉਹਨਾਂ ਦੇ ਗੁਣ ਜਿੱਦਾਂ ਕਹਿ ਰਹੇ ਕਿ ਚਾਹੇ ਕੋਈ ਫਕੀਰ ਆ, ਚਾਹੇ ਕੋਈ ਪੇਂਟਰ ਆ, ਆਰਟਿਸਟ ਆ, ਸਿੰਗਰ ਆ, ਕੋਈ ਵੀ ਆ, ਉਹਦੀਆਂ ਆਦਤਾਂ, ਉਹਦੇ ਜਿਹੜੇ ਗੁਣ ਆ ਉਹ ਬਚਪਨ ਤੋਂ ਹੀ ਉੱਦਾਂ ਦੇ ਹੁੰਦੇ ਆ। ਜਿੱਦਾਂ ਕਹਿ ਲਓ ਬਚਪਨ ਵਿੱਚ ਹੀ ਗਾਣੇ ਦਾ ਸ਼ੌਂਕ ਸੀ, ਅਕਸਰ ਪੜ੍ਹਾਈ ਵਿੱਚ ਰੁਝਾਨ ਬਹੁਤ ਘੱਟ ਸੀਗਾ, ਗਾਣੇ ਵਿੱਚ ਜ਼ਿਆਦਾ ਸੀਗਾ। ਯਾਦ ਹੋਣਾ ਕਿ ਬਚਪਨ ਤੁਸੀਂ ਕਿਹਾ ਸ਼ੁਰੂਆਤ ਹੋ ਗਈ ਸੀ, ਕਿਹੜਾ ਗਾਣਾ ਪਹਿਲਾਂ ਗੁਣਗੁਣਾਇਆ, ਕੋਈ ਯਾਦ ਹੋਣਾ ਤੁਹਾਨੂੰ? ਹਾਂ ਬਿਲਕੁਲ ਬਿਲਕੁਲ, ਅਕਸਰ ਮੈਂ ਕੱਲ੍ਹ ਵੀ ਇਹ ਗੱਲ ਕਰ ਰਿਹਾ ਸੀਗਾ। ਅਕੈਡਮੀ 'ਚ ਬੱਚੇ ਆਉਂਦੇ ਆ, ਅਕਸਰ ਸਵਾਲ ਕਰਦੇ ਆ। ਮੇਰਾ ਕੱਲ੍ਹ ਇੱਕ ਨਵਾਂ ਸਟੂਡੈਂਟ ਆ ਰਿਹਾ, ਮੈਂ ਉਹਨੂੰ ਖਾਨ ਸਾਹਿਬ ਦਾ ਗਾਣਾ ਕਰਵਾ ਰਿਹਾ ਸੀਗਾ, ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ, ਅਤੇ ਉਹ ਮੇਰੀ ਵੀ ਉਸੇ ਗਾਣੇ ਤੋਂ ਸ਼ੁਰੂਆਤ ਹੋਈ। ਅਕਸਰ ਜਿੰਨੇ ਕੰਪੀਟੀਸ਼ਨ ਕੀਤੇ, ਰਿਐਲਿਟੀ ਸ਼ੋਅ ਕੀਤੇ, ਜਿੰਨੇ ਸਾਰੇ ਸਾਰੇ ਸ਼ੋਅ ਦੇ ਵਿੱਚ ਅਕਸਰ ਮੈਂ ਉਸੇ ਗਾਣੇ ਨਾਲ ਆਡੀਸ਼ਨ ਕਲੀਅਰ ਕਰਦਾ ਹੁੰਦਾ ਸੀਗਾ। ਫਤਿਹ ਅਲੀ ਖਾਨ ਸਾਹਿਬ ਦਾ ਗਾਣਾ ਮੈਂ ਦੋ ਲਾਈਨਾਂ ਤੁਹਾਡੇ ਰੂਬਰੂ ਕਰਦਾ। ਦਿਲ ਦੀ ਖੇਡਣਾ ਖੇਡੀ ਸੱਜਣਾ, ਹਰ ਜਾਣਾ ਤੂੰ ਹਰ ਜਾਣਾ, ਪਿਆਰ ਚੋਂ ਜ਼ਿੰਦਗੀ ਲੱਭਦੀ ਨਾਹੀ, ਮਰ ਜਾਣਾ ਤੂੰ ਮਰ ਜਾਣਾ, ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ, ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ, ਕਦੇ ਵੀ ਨਹੀਂ ਅੱਜ ਜਿੰਨਾ ਰੋਇਆ ਸੱਜਣਾ, ਦਿਲ ਮਰ ਜਾਣੇ ਨੂੰ ਕੀ ਹੋਇਆ ਸੱਜਣਾ। ਅਤੇ ਫਿਰ ਉਸ ਤੋਂ ਬਾਅਦ ਜਦੋਂ ਗਾਣੇ ਇਸ ਤਰ੍ਹਾਂ ਸ਼ੁਰੂ ਕਰਤਾ, ਫੈਮਿਲੀ 'ਚ ਵੀ ਕੋਈ ਗਾਉਂਦਾ? ਨਹੀਂ, ਫੈਮਿਲੀ 'ਚ ਤਾਂ ਕੋਈ ਵੀ ਨਹੀਂ ਗਾਉਂਦਾ। ਐਕਚੁਅਲ 'ਚ ਮੇਰੇ ਨਾਨਾ ਜੀ ਤਬਲਾ ਵਾਦਕ ਸੀਗੇ, ਅਤੇ ਇੱਧਰੋਂ ਪਾਪਾ ਜੀ ਵੱਲੋਂ ਸਾਡੀ ਫੈਮਿਲੀ 'ਚੋਂ ਨਹੀਂ ਹੈ ਕੋਈ ਵੀ, ਮੰਮੀ ਵੱਲੋਂ ਨਾਨਕਾ ਪਰਿਵਾਰ 'ਚੋਂ ਸੀ, ਮਾਮੇ ਜੀ ਔਰ ਨਾਨਾ ਜੀ ਤਬਲਾ ਵਾਦਕ ਸੀਗੇ, ਅਤੇ ਇਸ ਪਰਿਵਾਰ 'ਚੋਂ, ਇਸ ਘਰ 'ਚੋਂ ਸਿਰਫ ਮੈਨੂੰ ਸ਼ੌਂਕ ਸੀ ਗਾਣੇ ਦਾ। ਮੈਨੂੰ ਗਾਉਂਦਿਆਂ ਨੂੰ ਤਕਰੀਬਨ 20-22 ਸਾਲ ਹੋ ਗਏ ਆ ਜੀ। 20-22 ਸਾਲ ਤੁਸੀਂ ਫਿਰ ਹੋਰ ਮੁਕਾਮ ਵੀ ਕਈ ਪ੍ਰੋਗਰਾਮ? ਬਿਲਕੁਲ ਜੀ ਬਿਲਕੁਲ ਬਿਲਕੁਲ, ਪਹਿਲਾਂ ਤਾਂ ਸਕੂਲ ਟਾਈਮ ਤੋਂ ਹੀ ਕਾਫੀ ਸਾਰੇ ਜਿੱਦਾਂ ਸਕੂਲ ਦੇ ਫੰਕਸ਼ਨ ਹੁੰਦੇ ਉਹਨਾਂ ਵਿੱਚ ਪਾਰਟੀਸਪੇਟ ਕੀਤਾ, ਅਕਸਰ ਅੱਗੇ ਹੁੰਦਾ ਸੀ ਗਾਣੇ ਨੂੰ ਲੈ ਕੇ। ਉਸ ਤੋਂ ਇਲਾਵਾ 2005 ਦੇ ਵਿੱਚ ਮੇਰਾ ਪਹਿਲਾ ਕੰਪੀਟੀਸ਼ਨ ਸੀਗਾ ਆਵਾਜ਼ ਪੰਜਾਬ ਦੀ, ਮੇਰਾ ਖਿਆਲ ਪੰਜਾਬ ਵਿੱਚ ਹੀ ਉਹ ਪਹਿਲਾ ਕੰਪੀਟੀਸ਼ਨ ਸੀਗਾ ਜਿਹੜਾ ਪੰਜਾਬੀ ਸ਼ੋਅ ਸੀਗਾ, ਕੰਪੀਟੀਸ਼ਨ ਉਹ ਪਹਿਲਾ ਸੀਗਾ। ਉਸ ਤੋਂ ਬਾਅਦ ਕਾਫੀ ਸਾਰੇ ਸ਼ੋਅ ਕੀਤੇ PTC ਚੈਨਲ 'ਤੇ, ਦੂਰਦਰਸ਼ਨ 'ਤੇ, ਆਪਣਾ ਇੰਡੀਅਨ ਆਈਡਲ, ਸਾਰੇ ਗਾਮਾਪਾ, ਮਤਲਬ ਜਿੰਨੇ ਚੈਨਲ ਦੇ ਜਿਹੜੇ ਅੱਜ ਕੱਲ੍ਹ ਰਿਐਲਿਟੀ ਸ਼ੋਅ ਚੱਲ ਰਹੇ, 2005 ਤੋਂ ਲੈ ਕੇ ਰੈਗੂਲਰ ਕੀਤੇ ਮੈਂ 2009 ਤੱਕ। ਹਾਂਜੀ ਹਾਂਜੀ ਹਾਂਜੀ, ਅੱਜ ਕੱਲ੍ਹ ਲਾਡੀ ਮਿਊਜ਼ਿਕ ਅਕੈਡਮੀ ਮੇਰੇ ਵੱਡੇ ਵੀਰ ਦੇ ਨਾਮ ਤੋਂ, ਮੇਰੇ ਪਾਰਟਨਰ ਉਹਨਾਂ ਦੇ ਨਾਮ ਤੋਂ ਮੋਗਾ ਅੰਮ੍ਰਿਤਸਰ ਰੋਡ 'ਤੇ ਅਕੈਡਮੀ ਕੀਤੀ ਆ, ਅਤੇ ਕਾਫੀ ਸਾਰੇ ਬੱਚੇ ਜੁਆਇਨ ਕਰ ਚੁੱਕੇ ਆ, ਕਰ ਰਹੇ ਆ। ਮੇਰੀ ਕੋਸ਼ਿਸ਼ ਹੁੰਦੀ ਆ ਕਿ ਸਾਡੇ ਇਲਾਕੇ ਵਿੱਚ, ਸਾਡੇ ਏਰੀਏ ਵਿੱਚ ਅੱਛਾ ਗਾਣਾ ਵੰਡਿਆ ਜਾਵੇ, ਅੱਛਾ ਗਾਣਾ ਸਿਖਾਇਆ ਜਾਵੇ ਬੱਚਿਆਂ ਨੂੰ, ਅਤੇ ਇਹਦੇ ਨਾਲ ਆਪ ਵੀ ਜੁੜੇ ਰਹਿੰਦੇ, ਸਾਰਾ ਦਿਨ ਮਿਊਜ਼ਿਕ ਵਿੱਚ ਨਿਕਲਦਾ, ਬੱਚਿਆਂ ਨਾਲ ਅੱਛਾ ਨਿਕਲਦਾ ਸਾਰਾ ਦਿਨ। ਪੰਜਾਬੀ ਸੱਭਿਆਚਾਰ ਜਾਂ ਪੰਜਾਬੀ ਗਾਇਕੀ ਅੱਜ ਕੱਲ੍ਹ ਲੱਚਰਤਾ ਵੱਲ ਜਾ ਰਹੀ ਹੈ। ਬਿਲਕੁਲ ਬਿਲਕੁਲ, ਜਿਹੜੇ ਮੈਕਸੀਮਮ ਸੌਂਗਸ ਆ ਤੁਸੀਂ, ਲੱਚਰਤਾ ਬਹੁਤ ਆ ਰਹੀ ਹੈ, ਕੀ ਕਾਰਨ ਸਮਝਦੇ ਹੋ? ਕਾਰਨ ਸਰ ਇਹੀ ਮੈਂ ਤਾਂ ਕਹਿ ਸਕਦਾ ਵੀ ਐਕਚੁਅਲ 'ਚ ਇਕੱਲਾ ਕਸੂਰ ਜੇ ਆਪਾਂ ਇੱਕ ਆਰਟਿਸਟ ਦਾ ਗਿਣੀਏ, ਕਾਫੀ ਸਾਰੇ ਵੀਡੀਓ 'ਚ ਵਾਇਰਲ ਹੁੰਦੇ ਹੈ ਨਾ, ਇੱਦਾਂ ਦਾ ਗਾਣਾ, ਉੱਦਾਂ ਦਾ ਗਾਣਾ। ਐਕਚੁਅਲ 'ਚ ਕਹਿੰਦੇ ਤਾੜੀ ਦੋਨਾਂ ਹੱਥਾਂ ਨਾਲ ਵੱਜਦੀ ਹੈ, ਸਿਸਟਮ ਕੁਛ ਇੱਦਾਂ ਦਾ ਹੋ ਚੁੱਕਿਆ, ਸਰੋਤੇ ਵੀ ਇੱਦਾਂ ਦੀ ਆ, ਲੋਕ ਸੁਣਦੇ ਆ ਡਾਂਗਾਂ ਵਾਲੇ, ਸੋਟੀਆਂ ਵਾਲੇ, ਰਫਲਾਂ ਵਾਲੇ ਗਾਣੇ, ਜੀਪਾਂ ਵਾਲੇ, ਕਾਰਾਂ ਵਾਲੇ ਗਾਣੇ, ਅੱਛੇ ਗਾਣੇ ਨੂੰ ਵੀ ਇੰਟਰਟੇਨ ਕੀਤਾ ਜਾ ਸਕਦਾ। ਐਕਚੁਅਲ 'ਚ ਅੱਛਾ ਗਾਣਾ ਹੀ ਤਾਂ ਇੱਕ ਟ੍ਰੀਟਮੈਂਟ ਆ, ਗਾਣਾ ਇੱਕ ਰੂਹ ਦੀ ਸਕੂਨ ਆ, ਇੱਕ ਟ੍ਰੀਟਮੈਂਟ ਆ, ਇੱਕ ਮੈਡੀਟੇਸ਼ਨ ਆ, ਜਿਹਦੇ ਨਾਲ ਗਾਣਾ ਬੰਦੇ ਨੂੰ ਡਿਪਰੈਸ਼ਨ 'ਚੋਂ ਕੱਢਦਾ, ਤੁਹਾਨੂੰ ਟ੍ਰੀਟ ਕਰਦਾ, ਤੁਹਾਨੂੰ ਰਿਲੈਕਸੇਸ਼ਨ ਮਿਲਦੀ ਹੈ ਗਾਣੇ ਦੇ ਨਾਲ। ਗਾਣਾ ਨੁਸਰਤ ਫਤਿਹ ਅਲੀ ਖਾਨ ਸਾਹਿਬ ਦਾ ਗਾਣਾ ਸੁਣੋ,
ਜਾਂ ਹੋਰ ਪੰਜਾਬ ਦੇ ਕਿੰਨੇ ਅੱਛੇ ਗਵੱਈਏ ਹੈਗੇ ਆ, ਮਾਸਟਰ ਸਲੀਮ ਜੀ ਹੋ ਗਏ, ਫਿਰੋਜ਼ ਖਾਨ ਜੀ ਹੋ ਗਏ, ਲਖਵਿੰਦਰ ਵਡਾਲੀ, ਮਤਲਬ ਤਕਰੀਬਨ ਜਿੰਨੇ ਜਿਨ੍ਹਾਂ ਨੇ ਮਿਹਨਤਾਂ ਕੀਤੀਆਂ, ਗੁਰੂਆਂ ਲੋਕਾਂ ਦੀਆਂ ਮਾਰਾਂ ਖਾਧੀਆਂ, ਜਿਨ੍ਹਾਂ ਲੋਕਾਂ ਨੂੰ ਗਾਣੇ ਦਾ ਪਤਾ, ਉਹਨਾਂ ਦੇ ਵੀ ਤਾਂ ਗਾਣੇ ਹਰ ਤਰ੍ਹਾਂ ਦੇ ਆਉਂਦੇ ਆ, ਉਹਨਾਂ ਦਾ ਵੀ ਗਾਣਾ ਇੱਕ ਮੈਸੇਜ ਹੁੰਦਾ ਲੋਕਾਂ ਨੂੰ, ਨਵੀਂ ਜਨਰੇਸ਼ਨ ਆ। ਹਰ ਦਾ ਕੋਈ ਨਾ ਗੁਰੂ ਹੁੰਦਾ। ਹਾਂ, ਮੇਰੇ ਗੁਰੂ ਜੀ ਜਨਾਬ ਬਰਕਤ ਸਿੱਧੂ ਸਾਹਿਬ, ਮੈਂ 6th ਕਲਾਸ ਵਿੱਚ ਪੜ੍ਹਦਾ ਸੀਗਾ ਜਦੋਂ ਮੇਰੇ ਮੰਮਾ ਗੁਰੂ ਜੀ ਉਹਨਾਂ ਕੋਲ ਮੈਨੂੰ ਛੱਡ ਕੇ ਆਏ ਸੀਗੇ, ਅਤੇ ਮਿਊਜ਼ਿਕ ਦੀ ਤਾਲੀਮ ਮੈਂ ਜ਼ਿਆਦਾਤਰ ਜਿਹੜਾ ਟਾਈਮ ਹੈਗਾ ਮਿਊਜ਼ਿਕ ਦਾ ਉਹਨਾਂ 'ਚ ਮੇਰਾ ਗੁਜ਼ਰਿਆ ਜੀ। ਉਸ ਤੋਂ ਇਲਾਵਾ ਸੁਖਵਿੰਦਰ ਸਿੰਘ ਬੋਂਬੇ ਵਾਲੇ, ਚੱਲ ਛਈਆਂ ਛਈਆਂ ਲਾਈ ਵੀ ਨਾ ਗਈ ਪੂਰੀ ਦੁਨੀਆ ਜਾਣਦੀ, ਇਹਨਾਂ ਨੇ ਮੇਰੇ ਆਈਡਲ ਆ, ਹਮੇਸ਼ਾ ਮੈਂ ਉਹਨਾਂ ਨੂੰ ਆਪਣਾ ਆਈਡਲ ਮੰਨਦਾ, ਸਭ ਕੁਛ ਮੰਨਦਾ ਉਹਨਾਂ ਨੂੰ, ਸੁਖਵਿੰਦਰ ਸਿੰਘ ਜੀ ਨੂੰ। ਅਤੇ ਇੰਸਪੀਰੇਸ਼ਨ ਕਹੀਏ ਤਾਂ ਇੰਸਪੀਰੇਸ਼ਨ ਕੌਣ ਆ ਤੁਹਾਡੀ? ਸੁਖਵਿੰਦਰ ਸਿੰਘ। ਸੁਖਵਿੰਦਰ ਸਿੰਘ, ਹਾਂ, ਆਉਣੇ ਵਾਲਾ ਸਿਰਫ। ਉਸ ਤੋਂ ਬਾਅਦ ਬੜੇ ਸਿੰਗਰ ਦਾ ਪੰਜਾਬ ਦੇ, ਜਿਵੇਂ ਗੁਰਦਾਸ ਮਾਨ ਜੀ ਹੋ ਗਏ, ਅਲੱਗ ਅਲੱਗ ਸਿੰਗਰ, ਕਿਹੜੇ ਤੁਸੀਂ ਐਡਮਾਇਰ ਕਰਦੇ ਹੋ, ਕਿਹਨਾਂ ਨੂੰ ਪਸੰਦ ਕਰਦੇ ਹੋ? ਮੈਂ ਦੇਖੋ ਜੀ, ਜਿਹੜੇ ਅੱਛਾ ਗਾਉਂਦੇ ਮੈਂ ਸਾਰਿਆਂ ਨੂੰ ਲਾਈਕ ਕਰਦਾ, ਕਿਉਂਕਿ ਮੈਂ ਸੁਰ ਨੂੰ ਪਿਆਰ ਕਰਦਾ। ਜਿਹੜੇ ਲੋਕ ਸੁਰ ਨੂੰ ਪਿਆਰ ਕਰਦੇ ਆ, ਅੱਛਾ ਗਾਣਾ ਗਾਉਂਦੇ ਆ, ਕਿਉਂਕਿ ਮੇਰੇ ਤੋਂ ਸਾਰੇ ਹੀ ਬਹੁਤ ਅੱਛਾ ਗਾਉਂਦੇ ਆ, ਅਤੇ ਮੈਂ ਸਾਰਿਆਂ ਨੂੰ ਵੀ ਬਹੁਤ ਲਾਈਕ ਕਰਦਾ, ਲਾਈਕ ਮਾਸਟਰ ਸਲੀਮ, ਗੁਰਦਾਸ ਮਾਨ ਸਾਹਿਬ, ਹੰਸ ਰਾਏ ਹੰਸ ਜੀ, ਜਸਵੀਰ ਜੱਸੀ ਜੀ, ਨਵੇਂ ਜਿੰਨੇ ਹੈਗੇ ਪਿੱਛੇ ਕੁਛ ਟਿੱਪਣੀ ਕਰਦੀ ਸੀ ਗੁਰਦਾਸ ਮਾਨ ਜੀ ਨੇ। ਜੀ ਬਿਲਕੁਲ 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 ਬਿਲਕੁਲ, ਇਹ ਤਾਂ ਗੱਲ ਤੁਸੀਂ ਬੜਾ ਅੱਛਾ ਸਵਾਲ ਕੀਤਾ। ਗੁਰਦਾਸ ਮਾਨ ਸਾਹਿਬ ਇੱਕ ਐਸੀ ਸ਼ਖਸੀਅਤ ਆ ਜਿਨ੍ਹਾਂ ਨੇ ਪੰਜਾਬੀ ਇੰਡਸਟਰੀ ਦੀ ਸਭ ਤੋਂ ਜ਼ਿਆਦਾ ਸੇਵਾ ਕੀਤੀ ਆ, ਖਾਸ ਕਰਕੇ ਪੰਜਾਬੀ ਮਾਂ ਬੋਲੀ ਦੀ। ਇੱਕ ਐਸੇ ਕਲਾਕਾਰ ਹੋਏ ਆ ਜਿਨ੍ਹਾਂ ਦੀ ਇੱਕ ਇੱਕ ਗੱਲ ਇੱਕ ਇੱਕ ਬੱਚੇ ਤੱਕ ਪਹੁੰਚੀ ਆ। ਤੁਸੀਂ ਦੇਖੋ ਐਸੀ ਕਿਹੜੀ ਫਿਲਮ ਆ ਜਿਹਦੇ ਵਿੱਚ ਪੰਜਾਬੀ ਕਲਚਰ ਨੂੰ, ਪੰਜਾਬੀ ਮਾਂ ਬੋਲੀ ਨੂੰ ਉਹਨਾਂ ਨੇ ਅੱਗੇ ਨਹੀਂ ਰੱਖਿਆ? ਐਸਾ ਉਹ ਕਿਹੜਾ ਗਾਣਾ ਗੁਰਬਾਣੀ ਨੂੰ ਲੈ ਕੇ ਉਹਨਾਂ ਨੇ ਗਾਇਆ, ਸਰਬੰਸ ਸਦਾਨੀਆਂ ਨੇ ਗਾਇਆ, ਪੰਜਾਬੀ ਏਰਕਾਨੇ ਨੀ ਜ਼ਬਾਨੇ ਮੇਰੇ ਦੇਸ਼ ਦੀ ਏ, ਮਤਲਬ ਮਾਨ ਸਾਹਿਬ ਤਾਂ ਫਿਰ ਮਾਨ ਸਾਹਿਬ ਹੀ ਆ। ਸਾਡੇ ਲੋਕਾਂ 'ਚ ਐਚੁਅਲ 'ਚ ਕੀ ਹੁੰਦਾ ਵਾ, ਤੁਸੀਂ ਸਾਰੇ ਮੇਰੇ ਨਾਲੋਂ ਵੱਡੇ ਹੋ, ਸੀਨੀਅਰ ਹੋ, ਸਿਆਣੇ ਹੋ, ਜਿੰਨੇ ਵੀ ਚੈਨਲ ਨੂੰ ਵਾਚ ਕਰ ਰਹੇ ਹੋ, ਦੇਖ ਰਹੇ ਹੋ, ਤੁਸੀਂ, ਮੈਂ ਇੱਕ ਗੱਲ ਕਹਿਣੀ ਚਾਹੁੰਦਾ, ਸਾਡੇ ਵਿੱਚ ਹਰ ਬੰਦੇ ਵਿੱਚ ਇੱਕ ਛੋਟੀ ਜਿਹੀ ਪ੍ਰੋਬਲਮ ਹੁੰਦੀ ਹੈ, ਅਸੀਂ 99% ਅੱਛਾਈਆਂ ਬੰਦੇ ਦੀਆਂ ਭੁੱਲ ਕੇ ਇੱਕ ਕਮੀ 'ਤੇ ਫੋਕਸ ਕਰ ਦਿੰਦੇ ਹਾਂ। ਇਨਸਾਨ ਆ ਨਾ, ਇਨਸਾਨ ਰੱਬ 'ਤੇ ਹੈ ਨਹੀਂ ਗਾ, ਨਿੱਕੀ ਜਿਹੀ ਗਲਤੀ ਤੋਂ ਕਿੰਨਾ ਵੱਡਾ ਇਸ਼ੂ ਬਣਾ ਲਿਆ। ਮਾਨ ਸਾਹਿਬ ਨੂੰ ਮੈਂ ਸਲਿਊਟ ਕਰਦਾ ਜੀ, ਸਾਰੀ ਦੁਨੀਆ ਸਲਿਊਟ ਕਰਦੀ ਉਹਨਾਂ ਨੂੰ, ਉਹਨਾਂ ਨੇ ਪੰਜਾਬੀ ਮਾਂ ਬੋਲੀ ਦੀ ਬਹੁਤ ਸੇਵਾ ਕੀਤੀ ਹੈ, ਪੰਜਾਬੀ ਮਾਂ ਬੋਲੀ ਦੇ ਬੋਰਡ ਨੇ ਉਹ, ਸਭ ਤੋਂ ਜ਼ਿਆਦਾ ਲਿਟਰੇਚਰ ਪੰਜਾਬੀ ਦਾ ਉਹਨਾਂ ਨੇ ਹੀ ਗਾਇਆ, ਅਤੇ ਇਹ ਕ੍ਰੈਡਿਟ ਵੀ ਜਾਂਦਾ ਉਹਨਾਂ ਨੂੰ, ਉਹ ਡਿਜ਼ਰਵ ਕਰਦੇ ਆ। ਆਪਾਂ ਗੱਲ ਕਰੀਏ ਟਿੱਪਣੀ ਦੀ, ਮਾਨ ਸਾਹਿਬ ਨੇ ਕਿਹਾ ਸੀ ਕਿ ਜਿਹੜੀ ਹਿੰਦੀ ਬੋਲੀ ਹੈ ਸਾਡੀ ਉਹ ਰਾਸ਼ਟਰ ਭਾਸ਼ਾ ਹੈਗੀ ਹੈ। ਜੀ ਜੀ ਜੀ, ਲੋਕਾਂ ਨੇ ਕਿਹਾ ਕਿ ਜਿਹੜੀ ਪੰਜਾਬੀ ਬੋਲੀ ਹੈ ਸ਼ਾਇਦ ਉਹਦਾ ਕ੍ਰਿਟਿਸਿਜ਼ਮ ਕਰ ਰਹੇ ਆ, ਇਹਦੇ ਬਾਰੇ ਕੀ ਕਹਿਣਾ ਚਾਹੋਗੇ? ਉਹ ਰਿਸਪੈਕਟਡ ਪਰਸਨ ਨੇ, ਉਹਨਾਂ ਨੂੰ ਇਹ ਸੀਗਾ ਵੀ ਮੈਨੂੰ ਨਹੀਂ ਪਤਾ, ਮੈਂ ਉੱਥੋਂ ਤੱਕ ਨਹੀਂ ਸੋਚ ਸਕਦਾ ਜਿਹੜੀ ਮਾਨ ਸਾਹਿਬ ਦੀ ਸੋਚ ਹੈਗੀ ਆ, ਕਿਉਂਕਿ ਮੈਂ ਹਲੇ ਸ਼ੁਰੂ ਵੀ ਨਹੀਂ ਹੋਇਆ, ਜਿੰਨੀ ਮੇਰੀ ਉਮਰ ਆ ਮੇਰੀ ਉਮਰ ਤੋਂ ਜ਼ਿਆਦਾ ਉਹਨਾਂ ਦਾ ਤਜ਼ਰਬਾ, ਸਾਡੀ ਹਲੇ ਸ਼ੁਰੂਆਤ ਆ। ਮੈਂ ਪਹਿਲਾਂ ਹੀ ਗੁਸਤਾਖੀ ਲਈ ਮਾਫ਼ੀ ਚਾਹੂੰਗਾ ਆਡੀਅੰਸ ਕੋਲੋਂ, ਸਾਰੇ ਸਰੋਤਿਆਂ ਕੋਲੋਂ, ਕੋਈ ਗੱਲ 19-21 ਮੇਰੇ ਤੋਂ ਬੋਲੀ ਜਾਵੇ। ਦੇਖੋ ਜੀ, ਪਹਿਲੀ ਗੱਲ ਤਾਂ ਮੈਂ ਉਹਨਾਂ ਵੀਰਾਂ ਨੂੰ ਬੇਨਤੀ ਕਰਦਾ ਜਿਨ੍ਹਾਂ ਨੇ ਇਸ ਟੌਪਿਕ ਨੂੰ ਲੈ ਕੇ, ਇਸ ਗੱਲ ਨੂੰ ਲੈ ਕੇ ਇੰਨਾ ਵੱਡਾ ਇਸ਼ੂ ਬਣਾਇਆ। ਜਿੰਨੇ ਵੀ ਮੇਰੇ ਭਰਾ ਜਿਨ੍ਹਾਂ ਨੇ ਇਸ ਗੱਲ ਦਾ ਇਸ਼ੂ ਬਣਾਇਆ, ਉਹਨਾਂ ਸਾਰਿਆਂ ਦੇ ਬੱਚੇ ਆ ਜਿਹੜੇ ਉਹ ਕੌਨਵੈਂਟ ਸਕੂਲਾਂ 'ਚ ਪੜ੍ਹਦੇ ਆ। ਜਿੰਨੇ ਮੇਰੇ ਭਰਾ ਇਸ ਗੱਲ ਨੂੰ ਉਛਾਲ ਰਹੇ ਆ, ਵਾਇਰਲ ਕਰ ਰਹੇ ਆ, ਉਹਨਾਂ ਦੇ ਸਾਰੇ ਬੱਚੇ ਖੁਦ ਆਪ ਵੀ ਕੈਨੇਡਾ ਜਾਂਦੇ ਆ, ਅਮੈਰੀਕਾ ਜਾਂਦੇ ਆ, ਫੋਰਮ ਫਿਲ ਕਰਦੇ। ਅਸੀਂ ਸਾਰੇ ਫੋਰਮ ਫਿਲ ਹਮੇਸ਼ਾ ਇੰਗਲਿਸ਼ ਵਿੱਚ ਫਿਲ ਕਰਦੇ, ਪੰਜਾਬੀ 'ਚ ਕਿਉਂ ਨਹੀਂ ਕਰਦੇ? ਅਸੀਂ ਸਾਈਨ ਪੰਜਾਬੀ 'ਚ ਕਰਦੇ ਹਾਂ। ਬੱਚਾ ਸਕੂਲ ਪਾਉਣ ਤੋਂ ਪਹਿਲਾਂ ਅਸੀਂ ਇਹ ਵੇਖਦੇ ਹਾਂ ਵੀ ਸਾਡੇ ਆਸੇ ਪਾਸੇ ਦੀ ਜਿਹੜੀ ਕਮਿਊਨਿਟੀ ਆ, ਜਿਹੜੀ 'ਚ ਅਸੀਂ ਰਹਿ ਰਹੇ ਹਾਂ, ਉਹ ਬੱਚੇ ਕਿਹੜੇ ਸਕੂਲ 'ਚ ਪੜ੍ਹਦੇ ਆ? ਸੈਕਰਡ ਹਾਰਟ ਸਕੂਲ, ਕੌਨਵੈਂਟ ਸਕੂਲ, ਅਸੀਂ ਇਹਨਾਂ ਸਕੂਲਾਂ 'ਚ, ਅਸੀਂ ਖੁਦ ਬੜੀ ਸ਼ਰਮ ਫੀਲ ਕਰਦੇ ਹਾਂ ਕਿ ਯਾਰ ਸਾਡਾ ਬੱਚਾ ਪੰਜਾਬੀ ਨਾ ਬੋਲੇ। ਪਰ ਜੇ ਉਹਨਾਂ ਨੇ ਪੰਜਾਬੀ ਮਾਂ ਬੋਲੀ ਨੂੰ ਤਾਂ ਸਾਨੂੰ ਪਤਾ ਹੀ ਆ, ਜੇ ਉਹਨਾਂ ਨੇ ਹਿੰਦੀ ਨੂੰ ਵੀ ਕਿਹਾ ਤਾਂ ਉਹਨਾਂ ਨੇ ਰਿਸਪੈਕਟ ਦਿੱਤੀ ਆ, ਅਦਬ ਦਿੱਤਾ, ਕਿਉਂਕਿ ਇਹ ਸੰਸਕਾਰ ਬੋਲਦੇ ਆ ਬੰਦੇ ਦੇ, ਬਾ ਅਦਬ ਉਹਨਾਂ ਨੇ ਕਿਹਾ ਵੀ ਹਾਂ ਮਾਸੀ ਨੂੰ ਮਾਸੀ ਹੋਣੀ ਚਾਹੀਦੀ ਆ ਹਿੰਦੀ, ਮਤਲਬ ਉਹਨਾਂ ਨੇ ਅਦਬ ਕਿਹਾ। ਐਸਾ ਨਹੀਂ ਕਿ ਉਹਨਾਂ ਨੇ ਮਾਂ ਬੋਲੀ ਨੂੰ ਪਿੱਛੇ ਸਿੱਟਿਆ। ਜੇ ਮੇਰੀ ਪੰਜਾਬੀ ਮਾਂ ਬੋਲੀ ਆ, ਹੈਗੀ ਵੀ ਆ, ਬਿਲਕੁਲ ਮੈਂ ਪਹਿਲ ਦਿੰਦਾ ਪੰਜਾਬੀ ਮਾਂ ਬੋਲੀ ਨੂੰ, ਅਤੇ ਮੈਂ ਜਿੱਥੇ ਜਾਊਂਗਾ ਨੈਚੁਰਲ ਅੰਡਰਸਟੁੱਡ ਗੱਲ ਆ ਕਿ ਮੈਂ ਜੇ ਕੋਈ ਹਿੰਦੀ 'ਚ ਮੇਰੇ ਨਾਲ ਗੱਲ ਕਰਦਾ ਮੈਂ ਉਹਦੇ ਨਾਲ ਹਿੰਦੀ 'ਚ ਗੱਲ ਕਰੂੰਗਾ, ਕੋਈ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰਦਾ ਮੈਂ ਉਹਦੇ ਨਾਲ ਇੰਗਲਿਸ਼ 'ਚ ਗੱਲ ਕਰੂੰਗਾ। ਉਹਦੇ ਵਿੱਚ ਇਹ ਤਾਂ ਹੈ ਨਹੀਂਗਾ ਕਿ ਮੈਂ ਆਪਣੀ ਮਾਂ ਨੂੰ ਪਿੱਛੇ ਹਟਾ ਦੂੰਗਾ, ਪਰ ਪਹਿਲ ਮੈਂ ਮਾਂ ਬੋਲੀ ਨੂੰ ਦਊਂਗਾ, ਮੈਂ ਪੰਜਾਬੀ ਤੋਂ ਸ਼ੁਰੂਆਤ ਕਰੂੰਗਾ ਗੱਲ। ਹਾਂਜੀ, ਸਤਿ ਸ਼੍ਰੀ ਅਕਾਲ ਜੀ, ਨਮਸਤੇ, ਕੀ ਹਾਲ ਚਾਲ ਆ ਜੀ ਤੁਹਾਡਾ? ਜੇ ਸਾਹਮਣੇ ਵਾਲਾ ਬੰਦਾ ਅੱਗੇ ਮੇਰੇ ਨਾਲ ਇੰਗਲਿਸ਼ 'ਚ ਗੱਲ ਕਰ ਰਿਹਾ, ਹਿੰਦੀ 'ਚ ਗੱਲ ਕਰ ਰਿਹਾ, ਤਾਂ ਦੈਨ ਮੈਂ ਆਨਸਰ ਉਹਦਾ ਕਰਨੀ ਪਊਗੀ। ਇਹ ਮਤਲਬ ਕਲੀਅਰ ਆ ਕਿ ਸਾਨੂੰ ਉਸੇ ਲੈਂਗੁਏਜ 'ਚ ਗੱਲ ਕਰਦੇ ਵੀ ਹੋ? ਮੈਂ ਜ਼ਿਆਦਾ ਨਹੀਂ ਜੀ, ਬਸ ਕਦੀ ਕਦੀ ਕੋਸ਼ਿਸ਼ ਕਰਦਾ, ਪਰ ਗਾਣਾ ਜਾਂ ਕੋਈ ਗਜ਼ਲ ਜਾਂ ਗਾਣਾ ਅੱਜ ਤੱਕ ਪੂਰਾ ਨਹੀਂ ਕੀਤਾ, ਦੋ ਚਾਰ ਲਾਈਨਾਂ ਬਾਅਦ ਬਸ ਫਿਰ ਕਿਸੇ ਹੋਰ ਨੂੰ ਦੇ ਦਿੰਦਾ ਨਵੇਂ ਪੂਰਾ ਕਰਕੇ ਦੋ ਜੀ।
ਜੀ ਤੇ ਲਾਈਵ ਸ਼ੋਜ਼ ਵਗੈਰਾ ਹਾਂਜੀ 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 ਲਾਈਵ ਸ਼ੋਅ ਬਿਲਕੁਲ ਬਿਲਕੁਲ ਲਾਈਵ ਸ਼ੋਅ ਹੁਣ ਕੈਨੇਡਾ ਜਾ ਕੇ ਆਏ ਹਾਂ ਤੁਹਾਡੀਆਂ ਦੁਆਵਾਂ ਸਾਰਿਆਂ ਦੀਆਂ ਜਿੰਨੇ ਵੀ ਮੇਰੇ ਸਰੋਤੇ ਮਿਊਜ਼ਿਕ ਲਵਰ ਸਾਰੇ ਮਿਊਜ਼ਿਕ ਨੂੰ ਪਿਆਰ ਕਰਨ ਵਾਲੇ ਲਾਈਵ ਸ਼ੋਅ ਤਾਂ ਰੱਬ ਦੀ ਮਿਹਰ ਰਹੀ ਆ ਕਿ ਬਚਪਨ ਤੋਂ ਹੀ ਮੇਰੀ ਜਿਹੜੀ ਸ਼ੁਰੂਆਤ ਆ ਸਟੇਜਾਂ ਤੋਂ ਹੀ ਹੋਈ ਆ ਲਾਈਵ ਪ੍ਰੋਗਰਾਮ ਤੋਂ ਹੀ ਜੀ ਕੋਈ ਇਹੋ ਜਿਹੀ ਯਾਦ ਕੋਈ ਤੁਹਾਡਾ ਪ੍ਰਸ਼ੰਸਕ ਤੁਹਾਨੂੰ ਮਿਲਿਆ ਹੋਵੇ ਕਿਤੇ ਅਤੇ ਬੜਾ ਯਾਦ ਰਹਿ ਜਾਂਦਾ ਬੰਦੇ ਨੂੰ ਕਿ ਹਾਂ ਬੰਦਾ ਮੈਨੂੰ ਮਿਲਿਆ ਸੀ ਕੋਈ ਇਹੋ ਜਿਹੀ ਘਟਨਾ ਇੱਦਾਂ ਨਹੀਂ ਸਰ ਬਹੁਤ ਸਾਰੀਆਂ ਹੈਗੀਆਂ ਇੱਕ ਨਹੀਂ ਹੈਗੀਆਂ ਦਿਲ ਦੇ ਕਰੀਬ ਬਹੁਤ ਜ਼ਿਆਦਾ ਤੁਹਾਨੂੰ ਹਮੇਸ਼ਾ ਯਾਦ ਰਹਿੰਦੀ ਹੋਵੇ ਹਾਂ ਦਿਲ ਦੇ ਕਰੀਬ ਇਹ ਗੱਲ ਹੈਗੀ ਆ 2009 ਦੇ ਵਿੱਚ ਮੇਰਾ ਗਾਣਾ ਆਇਆ ਸੀਗਾ ਤੇਰੇ ਲਾਰਿਆਂ ਦਾ ਕੀ ਹੈ ਸਾਡਾ ਮਾੜਿਆਂ ਦਾ ਕੀ ਹੈ ਉਸ ਗਾਣੇ ਨੂੰ ਉਸ ਟਾਈਮ ਇੰਨਾ ਮੀਡੀਆ ਹੈ ਨਹੀਂ ਸੀਗਾ ਇੰਸਟਾਗ੍ਰਾਮ ਫੇਸਬੁੱਕ ਵਟਸਐਪ ਵਗੈਰਾ ਹੈ ਨਹੀਂ ਸੀਗਾ ਮੇਰਾ ਖਿਆਲ ਆਈ ਥਿੰਕ ਵਟਸਐਪ 'ਤੇ 2012 'ਚ ਆਇਆ ਕਿ 12 ਕਿ 13 'ਚ 2009 'ਚ ਗਾਣਾ ਆਇਆ ਸੀ ਉਸ ਗਾਣੇ ਨੂੰ ਬਹੁਤ ਸਾਰਾ ਪਿਆਰ ਮਿਲਿਆ ਲੋਕਾਂ ਨੇ ਆਪ ਸਭ ਨੇ ਬੜਾ ਪਿਆਰ ਦਿੱਤਾ ਅਤੇ ਮੈਨੂੰ ਯਾਦ ਹੈ 2011-12 ਦੀ ਗੱਲ ਆ ਇਹ ਅਤੇ ਅਸੀਂ ਨੋਰਮਲੀ ਇੱਦਾਂ ਗਾ ਰਹੇ ਹਾਂ ਕਾਲਜ ਦੇ ਵਿੱਚ ਗਾ ਰਿਹਾ ਮੈਂ ਬਠਿੰਡਾ DAV ਕਾਲਜ ਉੱਥੇ ਅਸੀਂ ਗਾ ਰਹੇ ਹਾਂ ਅਤੇ ਮੇਰੇ ਬੜੇ ਫਰੈਂਡ ਮੇਰੇ ਨਾਲ ਹੈਗੇ ਅਤੇ ਇੱਕ ਬੰਦਾ ਗੱਡੀ ਵਿੱਚ ਮਤਲਬ ਐਜ਼ ਏ ਸਿੰਗਰ ਨਹੀਂ ਮੈਂ ਉੱਥੇ ਗਾ ਰਿਹਾ ਉੱਦਾਂ ਹੀ ਮੈਂ ਇਨਵਾਈਟੀ ਸੀਗਾ ਨਾ ਉੱਥੇ ਕਿਸੇ ਨੂੰ ਪਤਾ ਵੀ ਮੈਂ ਸਿੰਗਰ ਹਾਂ ਪ੍ਰੋਫੈਸ਼ਨਲ ਸਿੰਗਰ ਹਾਂ ਅਤੇ ਇੱਕ ਸਰਦਾਰ ਜੀ ਅਤੇ ਬਹੁਤ ਉਹਨਾਂ ਦੀ ਪੂਰੀ ਫੈਮਿਲੀ ਬੜਾ ਬਾ ਅਦਬ ਉਹਨਾਂ ਨੇ ਮੈਨੂੰ ਇਨਵਾਈਟ ਕੀਤਾ ਅਤੇ ਮੈਨੂੰ ਕਹਿ ਰਹੇ ਸਰ ਤੁਸੀਂ ਪ੍ਰੋਫੈਸ਼ਨਲੀ ਕਾਹਤੋਂ ਨਹੀਂ ਗਾਉਂਦੇ ਤੁਸੀਂ ਇੰਨਾ ਅੱਛਾ ਗਾਉਂਦੇ ਹੋ ਇੰਨਾ ਅੱਛਾ ਤੁਹਾਡਾ ਗਾਣਾ ਵਾ ਤੁਸੀਂ ਗਾਣਾ ਕਰੋ ਆਪਣਾ ਸਾਡੀ ਜਿੱਥੇ ਲੋੜ ਆ ਅਸੀਂ ਤੁਹਾਡੇ ਨਾਲ ਖੜ੍ਹੇ ਹਾਂ ਅਤੇ ਮੈਂ ਕਿਹਾ ਹਾਂਜੀ ਬਿਲਕੁਲ ਜੀ ਬਿਲਕੁਲ ਟਰਾਈ ਕਰਾਂਗੇ ਕੋਸ਼ਿਸ਼ ਕਰਾਂਗੇ ਹੋਇਆ ਕਿ ਆਪਾਂ ਜਦੋਂ ਘਰ ਗਏ ਅਤੇ ਮੈਂ ਉਹਨਾਂ ਨੇ ਇਹੀ ਗੱਲ ਸ਼ੇਅਰ ਕੀਤੀ ਵੀ ਹਾਂਜੀ ਮੇਰੀ ਕੈਸਟ ਆਈ ਹੋਈ ਹੈ ਗਾਣਾ ਆਇਆ ਹੋਇਆ ਵਾ ਤੁਸੀਂ ਉਸ ਗਾਣੇ ਨੂੰ ਦੱਬ ਕੇ ਸਪੋਰਟ ਕਰੋ ਸ਼ੇਅਰ ਕਰੋ ਪਿਆਰ ਦਿਓ ਅਤੇ ਕਹਿੰਦੇ ਹਾਂਜੀ ਪਹਿਲਾਂ ਸਾਰੀਆਂ ਗੱਲਾਂ ਬਾਅਦ 'ਚ ਪਹਿਲਾਂ ਜਿਹੜਾ ਤੁਹਾਡਾ ਗਾਣਾ ਆਇਆ ਉਹ ਗਾਣਾ ਸੁਣਾਓ ਫਿਰ ਮੈਂ ਉਹਨਾਂ ਨੂੰ ਉਹ ਗਾਣਾ ਸੁਣਾਇਆ ਉਹ ਇੰਨੇ ਜ਼ਿਆਦਾ ਸ਼ੋਰਟ ਹੋਏ ਕਹਿੰਦੇ ਕਮਾਲ ਹੋ ਗਈ ਵੀ ਸਰ ਇਹ ਰੀਅਲੀ ਇਹ ਤੁਹਾਡਾ ਹੀ ਗਾਣਾ ਮੈਂ ਕਿਹਾ ਹਾਂਜੀ ਇਹ ਬਿਲਕੁਲ ਮੇਰਾ ਗਾਣਾ ਤੁਸੀਂ ਸਰ ਯਕੀਨ ਕਰਿਓ ਆਲਰੇਡੀ ਉਹਨਾਂ ਕੋਲ ਉਹ ਗਾਣਾ ਦਿਨ ਰਾਤ ਵੱਜਦਾ ਸੀਗਾ ਉਹ ਕਹਿੰਦੇ ਜੀ ਇਹ ਗਾਣਾ ਤਾਂ ਅਸੀਂ ਉਸ ਟਾਈਮ ਕੇਬਲ 'ਤੇ ਤੁਸੀਂ ਦੇਖਣਾ ਕੇਬਲ ਚੈਨਲ 'ਤੇ ਲੋਕ ਡਿਮਾਂਡ ਚੈਨਲ 'ਤੇ ਮੇਰਾ ਖਿਆਲ ਸਪੈਸ਼ਲੀ ਲਾਉਂਦੇ ਹੁੰਦੇ ਸੀਗੇ ਗਾਣਾ ਹਾਂਜੀ ਨੰਬਰ ਚੱਲਦਾ ਹੁੰਦਾ ਸੀਗਾ ਹਾਂਜੀ 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 ਉਹ ਸੁਣਾ ਦਿੰਦਾ ਅਤੇ ਉਹ ਮੈਨੂੰ ਯਾਦ ਆ ਉਹ ਕਹਿੰਦੇ ਵੀ ਅਸੀਂ ਇਹ ਤਾਂ ਗਾਣਾ ਸੀ ਆਲਰੇਡੀ ਉਹਨਾਂ ਦੇ ਬੱਚੇ ਉਹਨਾਂ ਦੀ ਵਾਈਫ ਭਾਈ ਸਾਹਿਬ ਸਾਰੇ ਕਹਿੰਦੇ ਵੀ ਇਹ ਗਾਣਾ ਕਮ ਸੇ ਕਮ ਅਸੀਂ ਦਿਨ 'ਚ 12-13 ਵਾਰੀ ਸੁਣਦੇ ਹਾਂ ਸਪੈਸ਼ਲੀ ਅਸੀਂ ਕਾਲ ਕਰਕੇ ਲਾਉਂਦੇ ਹਾਂ ਗਾਣਾ ਅਤੇ ਉਹ ਗਾਣਾ ਮੈਂ ਤੁਹਾਡੇ ਰੂਬਰੂ ਕਰ ਰਿਹਾ ਬੇਕਦਰਾਂ ਤੇ ਰੋਜ਼ ਕੀ ਕਰੀਏ ਬੇਕਦਰਾਂ ਤੇ ਰੋਜ਼ ਕੀ ਕਰੀਏ ਤੇਰੇ ਲਾਰਿਆਂ ਦਾ ਕੀ ਏ ਤੇਰੇ ਲਾਰਿਆਂ ਦਾ ਕੀ ਏ ਸਾਡਾ ਮਾੜਿਆਂ ਦਾ ਕੀ ਏ ਦਿਲ ਹਾਰਿਆਂ ਦਾ ਕੀ ਏ ਸਾਡਾ ਮਾੜਿਆਂ ਦਾ ਕੀ ਏ ਫਿਊਚਰ ਪਲਾਨਸ ਕੀ ਹੈ ਫਿਊਚਰ ਪਲਾਨ ਇਹੀ ਆ ਕਿ ਸਿੰਗਿੰਗ 'ਚ ਕਾਫੀ ਕੁਛ ਕਰਨਾ ਹੁਣ ਫਿਰ ਜਾ ਰਿਹਾ ਨੈਕਸਟ ਮੰਥ ਕੈਨੇਡਾ ਦਾ ਟੂਰ ਹੈਗਾ ਅਤੇ ਪਹਿਲਾਂ ਇੱਥੇ ਇੰਡੀਆ 'ਚ ਕਰ ਰਹੇ ਸੀਗੇ ਆਡੀਓ ਵੀਡੀਓ ਹੁਣ ਪਲਾਨਿੰਗ ਇਹ ਆ ਕਿ ਨੈਕਸਟ ਮੰਥ ਮੇਰਾ ਜਿਹੜਾ ਟੂਰ ਹੈਗਾ ਉਹ ਇੰਗਲੈਂਡ ਔਰ ਕੈਨੇਡਾ ਦਾ ਬਣ ਰਿਹਾ ਅਤੇ ਸਾਰਾ ਕੰਮ ਉੱਥੇ ਕੈਨੇਡਾ 'ਚ ਹੀ ਰਹਿ ਕੇ ਕਰਾਂਗੇ ਬਿਲਕੁਲ ਸਰ ਬਿਲਕੁਲ ਮੇਰੇ ਸੁਖਵਿੰਦਰ ਸਿੰਘ ਮਾਈ ਆਈਡਲ ਮੇਰੇ ਸਭ ਕੁਛ ਆ ਉਹ ਅਤੇ ਮੇਰੀ ਇਹ ਹਮੇਸ਼ਾ ਚਾਹ ਰਹੀ ਹੈ ਪਲੇਬੈਕ ਸਿੰਗਿੰਗ ਦੀ ਬਾਲੀਵੁੱਡ 'ਚ ਵੀ ਬੋਲੀਵੁੱਡ 'ਚ ਵੀ ਸਾਰੇ ਕਿਤੇ ਅਤੇ ਇਨਸ਼ਾਅੱਲਾ ਰੱਬ ਖੈਰ ਕਰੇ ਆਈ ਵਿਲ ਟਰਾਈ ਮਾਈ ਬੈਸਟ ਪਾਈਪਲਾਈਨ ਥੋੜੀ ਨਵੇਂ ਗਾਣੇ ਜੀ ਗਾਣਾ ਹਾਂ ਮੈਂ ਕੈਨੇਡਾ 'ਚ ਕਰ ਰਿਹਾ ਗਾਣਾ ਜਲਦੀ ਕਰ ਰਿਹਾ ਉਹ ਮੈਂ ਤੁਹਾਡੇ ਰੂਬਰੂ ਕਰ ਰਿਹਾ ਨਾ ਤੂੰ ਕੀਤਾ ਸਾਨੂੰ ਪਿਆਰ ਨਾ ਹੀ ਕੀਤਾ ਐਤਬਾਰ ਨਾ ਤੂੰ ਕੀਤਾ ਸਾਨੂੰ ਪਿਆਰ ਨਾ ਹੀ ਕੀਤਾ ਐਤਬਾਰ ਨੀ ਦੱਸ ਕਿਹੜੇ ਅਰਮਾਨ ਮੇਰੇ ਪੈਰਾਂ ਵਿੱਚ ਰੋਲੇ ਨਹੀਂ ਉਹ ਤਾਂ ਅਸੀਂ ਚੰਗੇ ਸੀ ਜਿਹੜੇ ਮੂੰਹੋਂ ਬੋਲੇ ਨਹੀਂ
ਉਹ ਤਾਂ ਅਸੀਂ ਚੰਗੇ ਸੀ ਜਿਹੜੇ ਮੂੰਹੋਂ ਬੋਲੇ ਨਹੀਂ। ਜੀ ਸਟੂਡੈਂਟਸ ਆ ਰਹੇ ਤੂੰ ਕਾਫੀ ਹੈ ਨਾ, ਕੋਈ ਸਟੂਡੈਂਟ ਯਾਦ ਬੜਾ ਰਹਿ ਜਾਂਦਾ ਕਿ ਬੱਚਾ ਬੜਾ ਸੋਹਣਾ ਗਾਉਂਦਾ ਮੇਰੇ ਵਰਗਾ ਗਾਉਂਦਾ ਉਹੋ ਜਿਹਾ। ਜੀ ਜੀ ਬਿਲਕੁਲ ਬਿਲਕੁਲ, ਕਾਫੀ ਸ਼ੋਅ ਦੇ ਵਿੱਚ ਵੀ ਜਿਹੜੇ ਕੰਪੀਟੀਸ਼ਨ ਚੱਲ ਰਹੇ ਉਹਨਾਂ 'ਚ ਬੱਚੇ ਗਾ ਕੇ ਆਏ ਆ, ਪਰ ਪ੍ਰੈਜੈਂਟ ਟਾਈਮ ਜਿਹੜਾ ਬੱਚਾ ਮੇਰੇ ਸਭ ਤੋਂ ਕਲੋਜ਼ ਆ ਮੇਰੇ ਦਿਲ ਦੇ ਨੇੜੇ ਆ ਅੰਸ਼ ਧਾਲੀਵਾਲ ਜੀ, ਬਹੁਤ ਸੁਰੀਲਾ ਗਾਉਂਦਾ ਉਹ, ਬੜੀ ਸੋਜ ਹੈ, ਬੜਾ ਫੀਲ ਹੈ, ਬੜਾ ਠਹਿਰਾਓ ਆ ਉਹਦੇ ਛੋਟੀ ਜਿਹੀ ਉਮਰ 'ਚ ਹੀ। ਅਤੇ ਇੱਕ ਕੱਲ੍ਹ ਛੋਟੇ ਸਰਦਾਰ ਨਿੱਕੇ ਜਿਹੇ ਆਏ ਆ ਅਤੇ ਉਹਨਾਂ ਨੂੰ ਮੈਂ ਤੁਹਾਡੇ ਰੂਬਰੂ ਕਰਵਾਊਂਗਾ, ਲਾਈਵ ਆਪਾਂ ਹੋਵਾਂਗੇ ਕੱਲ੍ਹ ਜਾਂ ਪਰਸੋਂ, ਅੱਜ ਮੇਰਾ ਖਿਆਲ ਛੁੱਟੀ ਸੀ ਉਹਦੀ, ਅਤੇ ਉਹ ਵੀ ਬਹੁਤ ਅੱਛਾ ਗਾਉਂਦਾ। ਦਰਸ਼ਕਾਂ ਨੂੰ ਕਹਿਣਾ ਚਾਹੂੰਗੀ ਅੱਜ ਕੱਲ੍ਹ ਜਿਹੜਾ ਪੰਜਾਬ 'ਚ ਨਸ਼ਾ ਬਹੁਤ ਚੱਲ ਰਿਹਾ, ਕੁਛ ਖਾਸ ਮੈਸੇਜ? ਮੇਰਾ ਖਾਸ ਮੈਸੇਜ ਇਹੀ ਆ ਕਿ 84 ਲੱਖ ਜੂਨ ਤੋਂ ਬਾਅਦ ਇਹ ਸਾਨੂੰ ਜਿਹੜਾ ਮਾਨਸ ਚੋਲਾ ਮਿਲਦਾ ਹੈ ਇਹ ਬਹੁਤ ਦੁਰਲੱਭ ਹੈ, ਇਹ ਕੋਈ ਛੋਟੀ ਮੋਟੀ ਗੱਲ ਨਹੀਂ ਹੈ। ਅਤੇ ਇਸ ਸਰੀਰ ਦਾ ਜਿਹੜਾ ਰੱਬ ਨੇ ਦਿੱਤਾ ਸਾਨੂੰ ਸੱਚੇ ਪਾਤਸ਼ਾਹ ਨੇ, ਇਹਦੀ ਕੇਅਰ ਕਰੋ, ਆਪਣੇ ਆਪ ਨੂੰ ਪਿਆਰ ਕਰੋ। ਤੁਸੀਂ ਆਪਣੇ ਆਪ ਨੂੰ ਪਿਆਰ ਕਰਦੇ ਹੋ ਅਤੇ ਸਮਝ ਲਓ ਤੁਸੀਂ ਆਪਣੇ ਪੇਰੈਂਟਸ ਦਾ ਸਤਿਕਾਰ ਕਰਦੇ ਹੋ। ਜਿਸ ਮਾਂ ਦਾ ਬੱਚਾ ਨੌਜਵਾਨ ਗੱਭਰੂ ਆਏ ਤੁਰਦਾ ਫਿਰਦਾ ਪਹਿਲਾਂ ਪਾਉਂਦਾ ਫਿਰੇ, ਉਸ ਮਾਂ ਵਰਗੀ ਖੁਸ਼ੀ ਕਿਸੇ ਨੂੰ ਨਹੀਂ ਹੋ ਸਕਦੀ। ਇਹ ਮੇਰਾ ਮੈਸੇਜ ਹੈ ਖਾਸ ਕਰਕੇ ਅੱਜ ਦੀ ਪੀੜ੍ਹੀ ਨੂੰ, ਜਿੰਨੇ ਮੇਰੇ ਭਰਾ ਨਸ਼ਾ ਕਰਦੇ ਆ, ਨਸ਼ਿਆਂ ਤੋਂ ਪਰਹੇਜ ਕਰੋ, ਦੂਰ ਰਹੋ। ਮਾਂ ਦਾ ਦਿਲ ਦੁਖੀ ਕੀਤਾ ਤਾਂ ਸਮਝ ਲਓ ਰੱਬ ਦਾ ਦਿਲ ਦੁਖੀ ਕਰਤਾ। ਹੋ ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਮੈਣੇ ਮਾਰਦਾ ਜਹਾਨ ਮੈਨੂੰ ਸਾਰਾ, ਤੇਰੀ ਮੇਰੀ ਇੰਜ ਟੁੱਟ ਗਈ ਸੋਹਣੀਏ, ਜਿਵੇਂ ਟੁੱਟਿਆ ਅੰਬਰ ਤੋਂ ਤਾਰਾ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਤੇ ਨਿਭਾਈ ਵੀ ਨਾ ਗਈ, ਸੱਚਾ ਰੱਬ ਰਾਖਾ ਮੂੰਹ ਮੋੜ ਜਾਣ ਵਾਲੀ ਏ, ਦਿਲ ਲੈ ਕੇ ਮੇਰਾ ਦਿਲ ਤੋੜ ਜਾਣ ਵਾਲੀ ਏ, ਤੋੜ ਜਾਣ ਵਾਲੀ ਏ, ਸੱਚਾ ਰੱਬ ਰਾਖਾ ਮੂੰਹ ਮੋੜ ਜਾਣ ਵਾਲੀ ਏ, ਦਿਲ ਲੈ ਕੇ ਮੇਰਾ ਦਿਲ ਤੋੜ ਜਾਣ ਵਾਲੀ ਏ, ਤੋੜ ਜਾਣ ਵਾਲੀ ਏ, ਹੋ ਦਿਲ ਟੁੱਟਿਆ ਦਿਲ ਟੁੱਟਿਆ ਦਿਲ ਟੁੱਟਿਆ ਦਿਲ ਟੁੱਟਿਆ ਦਿਲ ਟੁੱਟਿਆ ਨਾ ਜੁੜੇ ਦੁਬਾਰਾ, ਤੇਰੀ ਮੇਰੀ ਇੰਜ ਟੁੱਟ ਗਈ ਸੋਹਣੀਏ, ਜਿਵੇਂ ਟੁੱਟਿਆ ਅੰਬਰ ਤੋਂ ਤਾਰਾ, ਲਾਈ ਵੀ ਨਾ ਗਈ ਤੇ ਨਿਭਾਈ ਵੀ ਨਾ ਗਈ, ਤੇ ਨਿਭਾਈ ਵੀ ਨਾ ਗਈ। ਅੱਜ ਅਸੀਂ ਗੱਲ ਕਰ ਰਹੇ ਸੀ ਸੰਜੀਵ ਸ਼ਰਮਾ ਸ਼ੋਅ ਵਿੱਚ ਸਿੰਗਰ ਰੀਤ ਰਤਨਾ, ਅਗਲੇ ਹਫ਼ਤੇ ਇੱਕ ਨਵੀਂ ਹਸਤੀ, ਨਵਾਂ ਐਪੀਸੋਡ, ਤਦ ਤੱਕ ਲਈ ਸਤਿ ਸ਼੍ਰੀ ਅਕਾਲ।